ਇਹ ਤੁਹਾਡੇ ਸਾਹਮਣੇ ਪਠਾਨਕੋਟ ਪੁਲਿਸ ਦੀ ਹਿਰਾਸਤ 'ਚ ਖੜਾ ਉਹ ਕਾਤਲ ਦਿਓਰ ਹੈ ਜਿਸ ਨੇ ਘਰੇਲੂ ਝਗੜਿਆਂ ਦੇ ਚੱਲਦੇ ਆਪਣੀ ਭਾਬੀ ਦਾ ਕਤਲ ਕਰਕੇ ਉਸਦੀ ਲਾਸ਼ ਨੂੰ ਝਾੜੀਆਂ 'ਚ ਇੱਕ ਲਵਾਰਿਸ ਲਾਸ਼ ਵਾਂਗ ਸੁੱਟ ਦਿੱਤਾ ਤੇ ਮੁੜ ਕੇ ਘਰ ਆ ਗਿਆ, ਜਿੱਥੇ ਪਠਾਨਕੋਟ ਪੁਲਿਸ ਨੇ ਇਸ ਕਲਯੁਗੀ ਦਿਓਰ ਨੂੰ ਕਾਬੂ ਕਰ ਲਿਆ ਤੇ ਪੁਲਿਸ ਅੱਗੇ ਇਸ ਨੇ ਆਪਣਾ ਜੁਰਮ ਕਬੂਲ ਵੀ ਕੀਤਾ ਹੈ। ਕਾਬਲੇ ਗੌਰ ਹੈ ਕਿ ਮ੍ਰਿਤਕ ਮਹਿਲਾ ਨਿਸ਼ਾ ਬੀਤੇ 5 ਦਿਨਾਂ ਤੋਂ ਘਰੋਂ ਲਾਪਤਾ ਸੀ। ਪੁਲਿਸ ਸਭ ਪਾਸੇ ਉਸਦੀ ਤਲਾਸ਼ ਕਰ ਰਹੀ ਸੀ ਤੇ ਬੀਤੇ ਦਿਨੀ ਜਦੋਂ ਉਸਦੀ ਲਾਸ਼ ਝਾੜੀਆਂ 'ਚੋਂ ਮਿਲੀ ਤਾਂ ਸਭ ਦੇ ਹੋਸ਼ ਉੱਡ ਗਏ, ਜਿਸ ਤੇ ਪੁਲਿਸ ਨੂੰ ਮ੍ਰਿਤਕਾ ਦੇ ਇਸ ਦਿਓਰ ਤੇ ਸ਼ੱਕ ਹੋਇਆ। ਜਿਸ ਪਾਸੋਂ ਪੁੱਛਗਿੱਛ ਕੀਤੀ ਗਈ ਤਾਂ ਇਸਨੇ ਪੁੱਛਗਿੱਛ ਦੌਰਾਨ ਸਭ ਕਬੂਲ ਕਰ ਲਿਆ ਕਿ ਕਿਵੇਂ ਘਰੇਲੂ ਝਗੜੇ ਦੇ ਚੱਲਦੇ ਇਸਨੇ ਭਾਬੀ ਦਾ ਕਤਲ ਕੀਤਾ ਤੇ ਨਹਿਰ ਕੋਲ ਉਸਦੀ ਲਾਸ਼ ਨੂੰ ਝਾੜੀਆਂ 'ਚ ਸੁੱਟ ਦਿੱਤਾ। ਸਾਨੂੰ ਪੰਕਜ ਕੁਮਾਰ ਹੈਗਾ, ਨਿਸ਼ਾ ਦੇਵੀ ਹੈਗੀ ਹੈ, ਗੰਗਾ ਲਾੜੀ ਦੀ, ਇੱਥੇ ਸਾਡੇ ਸੁਜਾਨਪੁਰ ਥਾਣੇ ਦੇ ਪੈਂਦੇ ਆ ਤੇ ਬ੍ਰਦਰ ਨੇ ਰਿਪੋਰਟ ਕੀਤਾ ਸੀ ਮੈਟਰ ਕਿ ਉਹਦੀ ਸਿਸਟਰ ਜਿਹੜੀ ਹੈਗੀ ਆ 26 ਤਰੀਕ ਤੋਂ ਲਾਪਤਾ ਹੈਗੀ ਆ, 24-25 ਤਰੀਕ ਤੋਂ ਗਈ ਸੀਗੀ ਘਰ ਤੇ ਵਾਪਸ ਨਹੀਂ ਪਰਤੀ ਹੈਗੀ, ਜਿਸ ਤੇ ਅਸੀਂ ਜਿਹੜੀ 29 ਨੰਬਰ FIR ਜਿਹੜੀ ਆ 365 IPC ਸੁਜਾਨਪੁਰ ਥਾਣੇ ਦਰਜ ਕੀਤੀ। ਜਦੋਂ ਇਹ ਤਫਤੀਸ਼ ਕਰਕੇ ਅਸੀਂ ਥੋੜ੍ਹੀਆਂ ਸਾਨੂੰ ਸੁਰਾਗ ਜਦੋਂ ਇਹਦਾ ਪਤਾ ਲੱਗਾ SSP ਸਾਹਿਬ ਸ਼੍ਰੀ ਵਿਵੇਕ ਸੋਨੀ ਜੀ ਦੇ ਨੋਟਿਸ 'ਚ ਆਇਆ, ਉਹਨਾਂ ਨੇ ਏਮੀ ਜੇਟਲੀ ਸਾਡੀ SPD ਮੇਰੀ ਅਤੇ DSP ਧਾਰ ਆਸ਼ਵੰਤ, SHO ਸੁਜਾਨਪੁਰ ਅਤੇ SHO ਕਾਨਵਾ ਦੀ ਟੀਮ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਗਠਿਤ ਕਰਤੀ, ਜਿਹਨਾਂ ਨੇ ਮਤਲਬ ਕਿ ਸੰਜੀਦਗੀ ਨਾਲ ਇਸ ਮਸਲੇ ਨੂੰ ਵੇਖਦਿਆਂ ਹੋਇਆ SSP ਸਾਹਿਬ ਦੀ ਦਿਸ਼ਾ ਨਿਰਦੇਸ਼ ਹੇਠ ਅਸੀਂ ਜਿਹੜੀ ਹੈਗੀ ਆ ਬਰੀਕੀ ਨਾਲ ਤਫਤੀਸ਼ ਕੀਤੀ ਅਤੇ ਇਹਨਾਂ ਦੇ ਘਰੋਂ ਹੀ ਜਿਹੜਾ ਇਹਦਾ ਦਿਓਰ ਸੀਗਾ ਉੱਤੇ ਸਾਨੂੰ ਸ਼ੱਕ ਪਿਆ ਅਤੇ ਅਸੀਂ ਜਦੋਂ ਉਹਨੂੰ ਥੋੜ੍ਹੀ ਇੰਟੈਰੋਗੇਸ਼ਨ ਕੀਤੀ, ਪੁੱਛਗਿੱਛ ਕੀਤੀ ਅਤੇ ਉਹਨੇ ਕਨਫੈਸ ਕਰ ਲਿਆ ਕਿ ਹਾਂ ਮੈਂ ਆਪਣੀ ਜਿਹੜੀ ਭਰਜਾਈ ਹੈਗੀ ਆ ਉਹਨੂੰ ਮਾਰ ਕੇ ਭੀਮਪੁਰ ਪੁਲ ਦੇ ਲਾਗੇ ਉੱਥੇ ਝਾੜੀਆਂ ਦੇ ਵਿੱਚ ਉਹਦੀ ਲਾਸ਼ ਜਿਹੜੀ ਹੈਗੀ ਆ ਸੁੱਟ ਕੇ ਆਇਆ। ਵਿਦਇਨ 24 ਆਵਰ ਅਸੀਂ ਇਹ ਜਿਹੜਾ ਕੇਸ ਟਰੇਸ ਕਰ ਲਿਆ ਸਾਰਾ ਸ਼੍ਰੀ SSP ਵਿਵੇਕ ਸੋਨੀ ਜੀ ਦੀ ਦਿਸ਼ਾ ਨਿਰਦੇਸ਼ ਹੇਠ ਅਤੇ ਹੁਣ ਅਸੀਂ ਇਸ ਟਾਈਮ ਉਹਦੀ ਡੈੱਡ ਬੋਡੀ ਜਿਹੜੀ ਹੈਗੀ ਆ ਉਹ ਰਿਕਵਰ ਕਰ ਰਹੀ ਹੈ ਭੀਮਪੁਰ ਪੁਲ ਤੋਂ 60 ਕੁ ਮੀਟਰ ਅੱਗੇ ਹੈਗੀ ਆ ਜਗ੍ਹਾ ਉਹ ਝਾੜੀਆਂ ਦੇ ਵਿੱਚੋਂ ਕਰ ਲਈ। ਇਹ ਮਰਡਰ ਇਹਨਾਂ ਦੇ ਘਰੇਲੂ ਹੀ ਕੋਈ ਲੜਾਈ ਝਗੜਾ ਸੀਗਾ। ਇਹ ਮਾਮਲਾ ਵਾਕਈ ਸਮਾਜ ਦੇ ਰਿਸ਼ਤਿਆਂ ਨੂੰ ਤਾੜ ਤਾੜ ਕਰ ਦੇਣ ਵਾਲਾ ਹੈ। ਹੁਣ ਫਿਲਹਾਲ ਪੁਲਿਸ ਇਸ ਦੋਸ਼ੀ ਦਿਓਰ ਨੂੰ ਕਾਬੂ ਕਰਕੇ ਆਪਣੀ ਅਗਲੀ ਕਾਰਵਾਈ ਕਰ ਰਹੀ ਹੈ। ਪਠਾਨਕੋਟ ਤੋਂ ਲਵਪ੍ਰੀਤ ਬਰਾੜ ਦੀ ਰਿਪੋਰਟ, ਡੇਲੀ ਪੋਸਟ, ਪੰਜਾਬੀ। ਕੈਨੇਡਾ SDS ਪ੍ਰਣਾਲੀ ਦੇ ਅੰਦਰ 1 ਸਾਲ ਦੀ ਫੀਸ, 1 ਸਾਲ ਦੀ GIC ਅਤੇ IELTS ਵਿੱਚ 6 ਈਚ ਬੈਂਡ ਹੁਣ ਲਾਜ਼ਮੀ ਕਰ ਦਿੱਤੇ ਗਏ ਹਨ। ਸੋ ਜੇ ਤੁਸੀਂ ਸਪਟੈਂਬਰ SDS ਸਕੀਮ ਤਹਿਤ ਅਪਲਾਈ ਕਰਨਾ ਚਾਹੁੰਦੇ ਹੋ ਅੱਜ ਹੀ ਕੰਟੈਕਟ ਕਰੋ 92563।